ਸੀ ਕਿ ਪੜਾਰ ਬੀਟ ਦੀ ਲੜਕੀ ਕੈਨੇਡਾ ਵਿੱਚ ਰਹਿੰਦੀ ਹੈ ਔਰ ਮੈਨੂੰ ਧੋਖਾ ਕੀਤਾ 40 ਲੱਖ ਰੁਪਈਏ ਦੇ ਵਿੱਚ ਤਾਂ ਨਾਲ ਮੇਰਾ ਮਾਮਾ ਜੀ ਨੇ ਮੈਨੂੰ ਮੜਾਈ ਆ ਔਰ ਮਾਮਾ ਜਿਹੜਾ ਆ ਉਹ ਪਜਾਮਾ ਆ ਮੈਂ ਕਮਾਲ ਹੋ ਗਿਆ ਕਿ ਮਾਮੀ ਨੂੰ ਪਜਾਮਾ ਕਹਿ ਰਿਹਾ ਪਰ ਦੂਜੇ ਪਾਸੇ ਜਦੋਂ ਅਸੀਂ ਪਤਾ ਲੱਗਾ ਸਟੋਰੀ ਚੱਲਦੀ ਚੱਲਦੀ ਵਿੱਚ ਕਾਲ ਆ ਗਿਆ ਸਾਨੂੰ ਹਾਲੈਂਡ ਸ਼ਹਿਰ ਵਿੱਚੋਂ ਕਿ ਉਹ ਕਹਿੰਦਾ ਕਿ ਇਹੀ ਲੜਕੀ ਆ ਜੇ ਮੇਰੇ ਨਾਲ ਵੀ ਵਿਆਹ ਕਰਾ ਕੇ ਡੇਢ ਮਹੀਨਾ ਰਹਿ ਕੇ ਚੂ ਚਾਂ ਕਰਕੇ ਤਾਂ ਮੇਰੇ ਨਾਲੋਂ ਵੀ ਦੇਖਿਆ ਜਾਵੇ ਕਿ ਰਿਸ਼ਤਾ ਨਾ ਤਾਂ ਤੋੜੇ ਬਲਕਿ ਮੇਰਾ ਟੈਲੀਫੋਨ ਹੀ ਬਲੌਕ ਕਰ ਦਿੱਤਾ ਸਾਨੂੰ ਹੋਰ ਕਈਆਂ ਲੋਕਾਂ ਨੂੰ ਕਾਲ ਆਏ ਸੋ ਇਹ ਪਤਾ ਲੱਗਿਆ ਕਿ ਇੱਕ ਵਿਅਕਤੀ ਲਾਸਟ ਈਮੇਲ ਦਾ ਢਿੱਲੋਂ ਹੈ ਉਹ ਵੀ ਚੂ ਚਾਂ ਕਰਦਾ ਰਿਹਾ ਤੇ ਸਪੋਰਟ ਕਰਦਾ ਰਿਹਾ ਇੰਡੀਆ ਵਿੱਚ ਮੇਰੇ ਲੈਂਚ ਸਾਡੇ ਸਤਿਕਾਰਯੋਗ ਕੁਲਵਿੰਦਰ ਜੀ ਤੇ ਦੂਜੇ ਪਾਸੇ ਜਿਸ ਅਸੀਂ ਗੱਲ ਕਰ ਰਹੇ ਹਾਂ ਸਾਡੇ ਭੈਣ ਜੀ ਉਹ ਵੀ ਸਤਿਕਾਰਯੋਗ ਨੇ ਉਹਨਾਂ ਨੇ ਕਿਹਾ ਕਿ ਅਸੀਂ ਰੇਡੀਓ 'ਤੇ ਨਹੀਂ ਆਉਣਾ ਔਰ ਅਸੀਂ ਤੁਹਾਨੂੰ ਇੱਕ ਐਫੀਡੇਟ ਭੇਜ ਦਿੰਦੇ ਹਾਂ ਜਿਹਦੇ ਵਿੱਚ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ ਕਿ ਇਹ ਸਾਰਾ ਹੀਰਾ ਫੇਰੀ ਕਰਨ ਵਾਲਾ ਵਿਅਕਤੀ ਕੁਲਵਿੰਦਰ ਹੈ ਤੇ ਉਹ ਅਸੀਂ ਐਫੀਡੇਟ ਕੱਲ੍ਹ ਪੜ੍ਹ ਦਿੱਤਾ ਉਹ ਐਫੀਡੇਟ ਜਿਹੜਾ ਹੈ ਉਹ ਆਮ ਨਹੀਂ ਹੈ ਉਹ ਵਕੀਲ ਦੀ ਅਟੈਸਟਡ ਹੋਇਆ ਇੱਕ ਫਾਰਮ ਹੈ ਔਰ ਉਹਦੇ ਵਿੱਚ ਸਿਗਨੇਚਰ ਵੀ ਨੇ ਔਰ ਸਿਗਨੇਚਰ ਜਿਹੜੇ ਨੇ ਉਹ ਮੈਚ ਕਰਦੇ ਨੇ ਕੁਲਵਿੰਦਰ ਦੀ ਆਈ ਡੀ ਦੇ ਨਾਲ ਆਲਰੇਡੀ ਅਸੀਂ ਚੈੱਕ ਕਰ ਚੁੱਕੇ ਕਿਉਂਕਿ ਸਾਡੇ ਕੋਲ ਆਲਰੇਡੀ ਕੁਝ ਆਈਡੀਆਂ ਪ੍ਰੋਸੀਡ ਕੀਤੀਆਂ ਗਈਆਂ ਸੀਗੀਆਂ ਔਰ ਇਹ ਕੁਲਵਿੰਦਰ ਜੀ ਨੇ ਕੁਝ ਹੋਰ ਦੱਸਿਆ ਸੁਣਦੇ ਹਾਂ ਕੁਲਵਿੰਦਰ ਉਹ ਵਿਅਕਤੀ ਆ ਤਿੰਦਰ ਪਹਿਲਾਂ ਅਸੀਂ ਇੱਕ ਵਿਅਕਤੀ ਲੈ ਕੇ ਆਇਆ ਸੀ ਮਨੀਸ਼ ਨੂੰ ਸਮਰਾੜੀ ਤੋਂ ਉਹ ਕਹਿੰਦੇ ਸੀ ਕਿ ਪੜਾਰ ਬੀਟ ਦੀ ਲੜਕੀ ਕੈਨੇਡਾ ਵਿੱਚ ਰਹਿੰਦੀ ਹੈ ਉਹਨੇ ਮੈਨੂੰ ਧੋਖਾ ਕੀਤਾ 40 ਲੱਖ ਰੁਪਈਏ ਦੇ ਵਿੱਚ ਤਾਂ ਨਾਲ ਮੇਰਾ ਮਾਮਾ ਜੀ ਨੇ ਮੈਨੂੰ ਮੜਾਈ ਆ ਔਰ ਮਾਮਾ ਜਿਹੜਾ ਆ ਉਹ ਪਜਾਮਾ ਆ ਮੈਂ ਕਮਾਲ ਹੋ ਗਿਆ ਕਿ ਮਾਮੀ ਨੂੰ ਪਜਾਮਾ ਕਹਿ ਰਿਹਾ ਪਰ ਦੂਜੇ ਪਾਸੇ ਜਦੋਂ ਅਸੀਂ ਪਤਾ ਲੱਗਾ ਸਟੋਰੀ ਚੱਲਦੀ ਚੱਲਦੀ ਵਿੱਚ ਕਾਲ ਆ ਗਿਆ ਸਾਨੂੰ ਹਾਲੈਂਡ ਸ਼ਹਿਰ ਵਿੱਚੋਂ ਕਿ ਉਹ ਕਹਿੰਦਾ ਕਿ ਇਹੀ ਲੜਕੀ ਆ ਜੇ ਮੇਰੇ ਨਾਲ ਵੀ ਵਿਆਹ ਕਰਾ ਕੇ ਡੇਢ ਮਹੀਨਾ ਰਹਿ ਕੇ ਚੂ ਚਾਂ ਕਰਕੇ ਤਾਂ ਮੇਰੇ ਨਾਲੋਂ ਵੀ ਦੇਖਿਆ ਜਾਵੇ ਕਿ ਰਿਸ਼ਤਾ ਨਾ ਤਾਂ ਤੋੜੇ ਬਲਕਿ ਮੇਰਾ ਟੈਲੀਫੋਨ ਹੀ ਬਲੌਕ ਕਰ ਦਿੱਤਾ ਸਾਨੂੰ ਹੋਰ ਕਈਆਂ ਲੋਕਾਂ ਨੂੰ ਕਾਲ ਆਏ ਸੋ ਇਹ ਪਤਾ ਲੱਗਾ ਕਿ ਇੱਕ ਵਿਅਕਤੀ ਲਾਸਟ ਈਮੇਲ ਦਾ ਢਿੱਲੋਂ ਹੈ ਉਹ ਵੀ ਚੂ ਚਾਂ ਕਰਦਾ ਰਿਹਾ ਤੇ ਸਪੋਰਟ ਕਰਦਾ ਰਿਹਾ ਇੰਡੀਆ ਵਿੱਚ ਸੋ ਜਦੋਂ ਸਾਨੂੰ ਉਸ ਔਰਤ ਕੌਰ ਪੱਡਾ ਦਾ ਫੋਨ ਆਇਆ ਮੈਂ ਫਸਟ ਟਾਈਮ ਨਹੀਂ ਲਵਾਂਗਾ ਅੱਜ ਔਰ ਉਹਨਾਂ ਨੇ ਦੱਸਿਆ ਕਿ ਇਹ ਸਟੋਰੀ ਜਿਹੜੀ ਹੈ ਇਹ ਸਭ ਝੂਠ ਨੇ ਐਲੀਗੇਸ਼ਨ ਨੇ ਔਰ ਮੈਂ ਇਹੋ ਜਿਹੀ ਨਹੀਂ ਹੈ ਔਰ ਮੈਂ ਬੱਚਿਆਂ ਵਾਲੀ ਹਾਂ ਔਰ ਠੀਕ ਹੈ ਕਿ ਸ਼ਾਦੀਆਂ ਹੋਈਆਂ ਵੱਖਰੀ ਗੱਲ ਹੈ ਟਰੂ ਹੈ ਔਰ ਜ਼ਿੰਦਗੀ ਮੈਂ ਸਤਿਕਾਰ ਕਰਦਾ ਬਟ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਕਿ ਹੋ ਕੀ ਰਿਹਾ ਕਿਉਂਕਿ ਇਸ ਤਰ੍ਹਾਂ ਬਦਨਾਮੀ ਹੁੰਦੀ ਸਾਰੇ ਪਰਿਵਾਰ ਦੀ ਕਿਉਂਕਿ ਪੁਲਿਸ ਕੋਲ ਕੇਸ ਹੈ ਤੇ ਅਸੀਂ ਇਹ ਫਰੋਡ ਜਿਹੜਾ ਇਹ ਆਰਸੀਮਪੀ ਦਾ ਹੈ ਇਸ ਦਿਨ ਤੇ ਪੁਲਿਸ ਜਿਹੜੀ ਐਕਸ਼ਨ ਲੈ ਸਕਦੀ ਹੈ ਪੁਲਿਸ ਨੇ ਐਕਸ਼ਨ ਲੈਣਾ ਮੈਂ ਨਹੀਂ ਲੈਣਾ ਵੈਰੀ ਸੈਡ ਪਾਰਟ ਹੈ ਲਾਈਫ ਦਾ ਸੋ ਮੇਰੇ ਲਾਈਨ 'ਚ ਸਰ ਕੁਲਵਿੰਦਰ ਜੀ ਨੇ ਕੁਲਵਿੰਦਰ ਰਾਏ ਕੁਲਵਿੰਦਰ ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਬਾਕੀ ਸਾਹਿਬ ਸਾਰਿਆਂ ਨੂੰ ਕੁਲਵਿੰਦਰ ਜੀ ਜੋ ਵੈਰੀ ਵੈਲ ਰਿਸਪੈਕਟਡ ਹੋ ਕਮਿਊਨਿਟੀ ਵਿੱਚ ਕਾਫੀ ਲੰਬੇ ਸਮੇਂ ਤੋਂ ਔਰ ਤੁਹਾਡਾ ਨਾਮ ਹੈ ਔਰ ਤੇ ਤੁਸੀਂ ਬੜੇ ਚੰਗੇ ਘਰਾਣੇ ਨਾਲ ਸੰਬੰਧਿਤ ਹੋ ਔਰ ਤੇ ਤੁਹਾਡੀਆਂ ਭੈਣਾਂ ਤੁਹਾਡੇ ਭਾਣਜੇ ਤੁਹਾਡਾ ਭਣੋਈਆ ਏ ਕਲਾਸ ਅਫਸਰ ਆ ਔਰ ਜਿਹਦੀ ਐਫਡੀਏ ਤੜਾ ਕੇ 40 ਲੱਖ ਰੁਪਈਆ ਜਿਹੜਾ ਡੁੱਬ ਗਿਆ ਉਹਦੇ ਵਿੱਚ ਤੁਹਾਡਾ ਨਾਮ ਵੀ ਆਇਆ ਪੁਲਿਸ ਕੋਲ ਤੁਹਾਡਾ ਨਾਮ ਵੀ ਦਿੱਤਾ ਗਿਆ ਆ ਤੁਸੀਂ ਕੁਝ ਪੇਮੈਂਟ ਕਰ ਵੀ ਰਹੇ ਹੋ ਭਾਣਜੀ ਦੀ ਹੈਲਪ ਕਰ ਰਹੇ ਹੋ ਤਾਂ ਜਦੋਂ ਉਹ ਐਫੀਡੇਟ ਮੈਂ ਪੜ੍ਹਿਆ ਤਾਂ ਉਸ ਤੋਂ ਬਾਅਦ ਤੁਹਾਡੀ ਕੱਲ੍ਹ ਕਾਲ ਆਈ ਜਿਹੜੀ ਕਿ ਇਹ ਤੇ ਮੈਂ ਕੀਤੀ ਔਰ ਇਸ ਸਟੋਰੀ ਮੈਂ ਪ੍ਰੋਸੀਡ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਪਰਮਿਸ਼ਨ ਲੈਣੀ ਚਾਹੁੰਦਾ ਪ੍ਰੋਸੀਡ ਕਰਨ ਦੀ ਸਜੈਸ ਔਰ ਨੋ ਯੈਸ ਸਰ ਯਾ ਪਲੀਜ਼ ਪ੍ਰੋਸੀਡ ਕੁਲਵਿੰਦਰ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਆਪ ਜੀ ਨੂੰ ਕੈਨੇਡਾ ਚ ਆਇਆ ਨੂੰ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਔਰ ਤੁਸੀਂ ਕਮਿਊਨਿਟੀ ਵਿੱਚ ਬੜੇ ਵੈਲ ਨੋਨ ਹੋ ਰਿਸਪੈਕਟਡ ਹੋ ਔਰ ਤੁਸੀਂ ਬੜੇ ਚੰਗੇ ਘਰਾਣੇ ਦੇ ਨਾਲ ਸੰਬੰਧਿਤ ਹੋ ਔਰ ਤੁਹਾਡਾ ਸਤਿਕਾਰ ਹੈ ਔਰ ਸਰ ਮਾਫ ਕਰਨਾ ਤੁਹਾਡਾ ਮੈਂ ਸਤਿਕਾਰ ਕਾਇਮ ਰੱਖਾਂਗਾ ਔਰ ਪਬਲਿਕ ਓਪੀਨੀਅਨ ਦੇ ਵਿੱਚ ਲੋਕਾਂ ਦੇ ਵਿਚਾਰ ਵੱਖ ਹੋ ਸਕਦੇ ਨੇ ਪਰ ਆਈ ਰਿਸਪੈਕਟ ਯੂ ਲੋਟ ਸੋ ਤੁਹਾਡੇ ਤੇ ਦੋਸ਼ ਲਾਏ ਔਰ ਤੁਸੀਂ ਮੈਨੂੰ ਫੋਨ ਕੀਤਾ ਕਿ ਇਹ ਦੋਸ਼ ਭਾਈ ਇਸ ਤਰ੍ਹਾਂ ਹੋਇਆ ਕਿ ਮੇਰੀ ਜ਼ਿੰਦਗੀ ਮਜਬੂਰੀ ਸੀ ਕਿ ਮੈਨੂੰ ਇੱਕ ਐਫੀਡੇਟ ਦੇਣਾ ਪਿਆ ਕੀ ਸੱਚ ਹੈ ਹਾਂਜੀ ਸੱਚ ਹੈ ਜੀ ਆਈ ਸੀ ਤੁਸੀਂ ਇਸ ਲੜਕੀ ਨੂੰ ਕੌਰ ਪੱਡਾ ਨੂੰ ਕਿਵੇਂ ਮਿਲੇ ਤੁਸੀਂ ਤੁਹਾਡੀ ਉਮਰ ਕਿੰਨੀ ਹੈ ਇਸ ਵੇਲੇ
ਮੇਰੀ 56 ਦੀ ਗਰੀਬ ਹੈ ਜੀ 55 ਸਾਲ ਦੇ ਆਪ ਜੀ ਪੰਜਾਬ ਵਿੱਚ ਕਿਹੜਾ ਪਿੰਡ ਤੁਹਾਡਾ ਬੁਰਜ ਹਸਨ ਹੈ ਹਾਂਜੀ ਬੁਰਜ ਹਸਨ ਬੁਰਜ ਹਸਨ ਇਹ ਕਿਹੜੇ ਜ਼ਿਲ੍ਹੇ 'ਚ ਆ ਜਲੰਧਰ ਓ ਜਲੰਧਰ 'ਚ ਹੈ ਮਾਈ ਗੋਡ ਇਹ ਕਿੱਥੇ ਪੈਂਦਾ ਆਪਣੇ ਕੁਲਵਿੰਦਰ ਜੀ ਮੈਂ ਆਪਣੇ ਨੂਰ ਮਹਿਲ ਤਲਵੰਡ ਦੇ ਕੋਲ ਪੈਂਦਾ ਜੀ ਤੁਸੀਂ ਗੁਆਂਢੀ ਹੋ ਮੇਰੇ ਆਸ ਪਾਸ ਰਹਿੰਦੇ ਹੋ ਹੈ संपर्क आए जाए संपर्क आई टेल मी ट्रू जी अपना काम से बस मुलाकात हुई काम थोड़ा सीगा हां जी का काम सी फिर जान पछाण हो गई कस्टमर जो आने एक दूजे जल लग पे आप शुरू हुई किन्ने साल है तुहाडी रिलेशन जिहड़ी आ ओह बिल्कुल सॉफ्ट रहे सॉफ्ट इन सेंस कि तुसी एक पवित्र रिश्ते नूं रख्या अपने गाका दी तरह हां जी पहला डेफिनेट किन्ने चिर रहे तुसी इस तरह जदों पकार तो आउणा नहीं सीगी किन्ना समय तुसी तुहाडे कोल रुकदे सीगे इह बड़ी शुरू हो गए मैनूं इदां पता नहीं सीगा उस टाइम इस तरह सी मैं भी कल्ला सीगा इस तरह ना काफी देर तों अच्छा जी मैं कहंदी कल्ली आ इदा हो गया मेरा घर आले ने इदा तो करता उसका एक ने इदा करता मैनू लगा भी बेचारी बहुत तंग आ लेडी कपड़े धोन दे बहाने मित्र दी मोटर ते आ जा सी कुछ इदा ना गीत ता ए ਤੁਸੀਂ ਸਾਬਤ ਕੀਤਾ ਸੱਚ ਕਿ ਕਾਰ ਤੋੜ ਦੇ ਬਹਾਨੇ ਕਾਰ ਵਾਸਤੇ ਆਉਣਾ ਹੈ ਜੀ ਸੋ ਵੈਰੀ ਸਿਮਿਲਰ ਲੀੜੇ ਤੋੜ ਬਹਾਨੇ ਖਾਲੀ ਆ ਦੀ ਮੋਟਰ ਤੇ ਹਾਂ ਲੀੜੇ ਤੋੜ ਦੇ ਬਹਾਨੇ ਲੋਕ ਗੀਤ ਨੇ ਜੀ ਪੰਜਾਬੀ ਗੀਤ ਨੇ ਲੀੜੇ ਤੋੜ ਦੇ ਬਹਾਨੇ ਆ ਜਾ ਮਿੱਤਰਾਂ ਦੀ ਮੋਟਰ ਤੇ ਸੋ ਇਹ ਕਾਰ ਤੋੜ ਦੇ ਬਹਾਨੇ ਆ ਜਾ ਮਿੱਤਰਾਂ ਦੇ ਕਾਰ ਵਾਸਤੇ ਸੋ ਇਹ ਤੁਸੀਂ ਸਾਬਤ ਕੀਤਾ ਸੱਚ ਕਲਵਿੰਦਰ ਤੁਸੀਂ ਇੱਕ ਮਿਹਨਤੀ ਹੋ ਵਪਾਰੀ ਸੱਜਣ ਹੋ ओ माय गॉड तुसी किवें इस लपेट विच आ गए फिर तुहानू इहने अपने फसा लिया तुहानू जां तुसी फस गए ते तुसी फसा लिया इहनू अपने जाल दे विच समझ लो जी फस ही गया इह जाल दे विच ओ ओके तुसी कि मतलब तुसी छोटे तां नहीं है तुसी 22-23 साल दे छोटे तां नहीं है पर जिद्दां इह जाल छड़दी है ना बाद च पता लगदा आओ पूरा नाल भी मैनू लगदा भी स्टोरी सुन के शायद जे उहदा दम होया ते बाहर आउणगे दसणगे चाबियां घर दी सांझी कर लिया चाबी को इंश्योरेंस बेनिफिशियल आप बनना इंश्योरेंस कादी करवानी है जी डेथ हो जावे इदां लाइफ इंश्योरेंस लाइफ इंश्योरेंस
ਮੇਰੀ ਇਹਨੇ ਇੰਸ਼ੋਰੈਂਸ ਕਰਾਈ ਤੇ ਨਾ ਇਹਨੇ ਆਪਣਾ ਪਾਤਾ ਤੇ ਮੈਂ ਜਿਹਨੇ ਇੰਸ਼ੋਰੈਂਸ ਕੀਤੀ ਮੈਂ ਕਿਹਾ ਵੀ ਇਹਨੇ ਆਪਣਾ ਨਾਮ ਕਿਉਂ ਪਾਇਆ ਵੀ ਮੇਰਾ ਬੇਟਾ ਆਏਗਾ ਉਹਦਾ ਕਿਉਂ ਨੀ ਨਾ ਪਾਇਆ ਨਹੀਂ ਪਰ ਤੁਸੀਂ ਇੰਸ਼ੋਰੈਂਸ ਕਰਾਈ ਕਿਉਂ ਯੂ ਟੈਲ ਮੀ ਵਨ ਥਿੰਗ ਤੁਸੀਂ ਕਲਵਿੰਦਰ ਜੀ ਤੁਸੀਂ ਇਹਦੇ ਰਾਹੀਂ ਇੰਸ਼ੋਰੈਂਸ ਕਿਉਂ ਕਰਾਈ ਵਾਈ ਯੂ ਡੂ ਦੈਟ ਮੈਨੂੰ ਨਹੀਂ ਇੰਨਾ ਪਤਾ ਸੀ ਪਹਿਲਾਂ ਮੈਂ ਨਹੀਂ ਕਰਾਈ ਸੀ ਚਲੋ ਕਹਿੰਦੇ ਠੀਕ ਹੁੰਦੀ ਉਹ ਤਾਂ ਫਿਰ ਬਾਅਦ ਚ ਮੈਨੂੰ ਪਤਾ ਲੱਗਾ ਵੀ ਇਹ लपेट में लै के सारे काम करने शुरू कर दे तुसी प्यार विच डुब गया फिर प्यार अलग होंगे तुसी बहुत प्यार करन लग पए ਬਿਆਹ ਨੀ ਕਰਾਇਆ ਇਹਦੇ ਨਾਲ ਬਿਆਹ ਇਹਦਾ ਹੋਇਆ ਹੋਇਆ ਸੀਗਾ ਇਹਦਾ ਹਸਬੈਂਡ ਇੰਡੀਆ ਸੀਗਾ ਬਾਅਦ ਪਤਾ ਲੱਗਾ ਅੱਛਾ ਬਿਆਹ ਹੋ ਸ਼ੀ ਵਾਜ਼ ਮੈਰਿਡ ਦੈਟ ਟਾਈਮ ਚੌਥੀ ਮੈਰਿਜ ਸੀ ਇਹਦੀ ਮੈਂ ਲੱਗਦਾ ਤੁਹਾਨੂੰ ਪਤਾ ਨੀ ਕਿ ਕੀ ਮੈਰਿਡ ਹੈ ਰਿਲੇਸ਼ਨ ਵਿਚ ਰਹਿੰਦੇ ਹੋ ਕਿ ਤੁਸੀਂ ਵਿਆਹ ਕਰਾਉਣਾ ਹੈ ਤੇ ਤੁਸੀਂ ਤੁਹਾਡਾ ਰਿਲੇਸ਼ਨ ਬਣਿਆ ਹੋਇਆ ਹੈ ਕਿ ਤੁਹਾਡੀ ਇਹ ਜ਼ਿੰਦਗੀ ਦੇ ਸਾਥ ਨਿਭਾਉਣਾ ਇਹਨੇ ਜਾਂ ਬਣ ਚੁੱਕੀ ਆ ਉਹਨਾਂ ਦੇ ਚਿੱਤ ਵਿੱਚ ਇਹ ਸੀ ਇੰਡੀਆ ਗਈ ਕਿਤੇ ਤੇ ਇਹਨੇ ਪੈਸੇ ਚਾਹੀਦੇ ਸੀ ਜਿੱਥੇ ਦੇ ਸਹੁਰੇ ਆ ਤੇ ਉਹ ਜਦੋਂ ਦੇਣ ਆਇਆ ਤੇ ਹਸਬੈਂਡ ਨਾਲ ਸੀਗਾ ਓਕੇ ਪਹੁੰਚਿਆ ਪਿੰਡ ਗਿਆ ਸੀਗਾ ਤੁਹਾਡਾ ਪੈਸੇ ਦੇਣ ਬੰਗੀ ਕਿਤੇ ਮਿਲੇ ਸੀ ਬੰਗੀ ਅੱਛਾ ਕਿਤੇ ਬੰਗੀ ਮਿਲੇ ਪਿੰਡ ਨੀ ਗਿਆ ਕਿੰਨੇ ਪੈਸੇ ਦਿੱਤੇ ਸੀ ਉਸ ਵੇਲੇ ਉਹਨੇ ਉਹਨੂੰ ਮਹੱਲੇ ਵਾਲਿਆਂ ਨੇ ਮਾਂ ਪਿਓ ਦਾ ਨਾਮ ਵੀ ਦੱਸਿਆ ਆ ਅਲ ਵੀ ਦੱਸੀ ਆ ਕੋਈ ਟੈਂਪੂ ਟੂਮਪੀ ਕੁਛ ਕਹਿੰਦੇ ਆਈ ਡੋਂਟ ਨੋ ਵਟਸ ਦੈਟ ਕੀ ਕੋਈ ਕਿੱਤਾ ਸੀ ਸਮਥਿੰਗ ਲਾਈਕ ਸੋ ਮੈਨੀ ਥਿੰਗਸ ਅੰਬਾ ਵਾਲੀ ਪੱਤੀ ਖਰਿਆ ਕੁਛ ਲਾਈਕ ਸੋ ਮੈਨੀ ਥਿੰਗਸ ਇਨਵੋਲਵ ਇਸ ਕੇਸ ਦੇ ਵਿੱਚ ਹਾਂਜੀ ਓਕੇ 18 ਲੱਖ ਰੁਪਈਆ ਦੇ ਕੇ ਆਇਆ ਤੁਸੀਂ ਉਹਨੂੰ ਕੰਸੈਂਟ ਕੀ ਦਿੱਤਾ ਸੀ ਮਤਲਬ ਸੀਗੀ ਤੁਹਾਡੇ ਵੱਲੋਂ ਕਿ ਹਾਂ ਨੋ ਪ੍ਰੋਬਲਮ ਕਿ 18 ਲੱਖ ਰੁਪਈਏ ਦੇ ਆ ਕਿ ਮੈਂ ਤੁਹਾਨੂੰ ਇਹ ਮੰਗਾਊਗੀ ਕੈਨੇਡਾ ਇਹ ਨਹੀਂ ਗੱਲਾਂ ਮੱਥੇ ਕੀਤੇ ਕਹਿੰਦੀ ਹਾਂਜੀ ਏਦਾਂ ਹੋ ਜਾਊਗਾ ਸਪੋਂਸਰਸ਼ਿਪ ਵੀ ਭੇਜਦੇ ਆ ਕਿਉਂਕਿ ਇੱਥੇ ਇੰਨਾ ਕੁ ਸਰਕਲ ਜਿਹਾ ਚਲਾਇਆ ਸੀ ਇਹਨੇ ਮੈਂ ਕਿਹਾ ਵੀ ਵਾਕਈ ਸ਼ਾਇਦ ਇਹ ਕੰਮ ਕਰਦੇ ਆ ਨਾ ਤੁਹਾਡੇ ਕਹਿੰਦੇ ਭਾਵ ਇਹ ਆ ਕਿ ਇਹਨਾਂ ਨੇ ਸੋਚਿਆ ਕਿ ਮੇਰਾ ਭਾਣਜਾ ਵੀ ਆਜੂਗਾ ਇਹਨਾਂ ਨੇ ਫਿਰ
ਇੰਡੀ ਜਾ ਕੇ ਫਿਰ ਵਿਆਹ ਕੀਤਾ ਤੁਹਾਡੇ ਮੁੰਡੇ ਨਾਲ ਕੋਰਟ ਮੈਰਿਜ ਕਰ ਲਈ ਵਿਆਹ ਕਰਨ ਲਈ ਜਾਂ ਕਿਵੇਂ ਮੰਗਵਾਉਣਾ ਸੀ ਕਿਹੜੇ ਬੇਸ ਤੇ ਮੰਗਵਾਉਣਾ ਸੀ ਵਿਆਹ ਕਰਕੇ ਪਤਾ ਲੱਗਾ ਉਦੋਂ ਵੀ ਕੀ ਕਰਨਾ ਇਹਨੇ ਨਾ ਹੀ ਵੀ ਮੋਂਟੀ ਨੂੰ ਦੱਸਿਆ ਕੁਛ ਕਹਿੰਦੀ ਜੇ ਮੈਂ ਕਿਸੇ ਦਾ ਮੈਂ ਕਰੂੰਗੀ ਹਨਾ ਹਾਂ ਹਾਂ ਇਹ ਵੀ ਪਤਾ ਲੱਗਾ ਵੀ ਕਰਨਾ ਕਟਾਇਆ ਨੇ ਫਿਰ ਤੁਸੀਂ ਇੰਨੇ ਪੈਸੇ ਉਹਦੇ ਦੇ ਦਿੱਤੇ ਪਹਿਲੇ ਤਾਂ ਮੋਲੇ ਸੀ ਜਦੋਂ ਕਹਿੰਦੀ ਵੀ ਕੰਮ ਹੋਣਾ ਹੁਣ ਭਾਜੀ ਤੁਹਾਨੂੰ ਵੀ ਪਤਾ ਜਦੋਂ ਆਪਾਂ ਇੰਡੀਆ ਦੇ ਵਿੱਚ ਹੈ ਨਾ ਜੇ ਕਿਸੇ ਦਾ ਆਉਣ ਨੂੰ ਗੱਲ ਕਰਦਾ ਅਗਲਾ ਝੱਟ ਕਹਿੰਦਾ ਚੱਲ ਯਾਰ ਪੈ ਗਏ ਕਿਉਂਕਿ ਸੱਟਾ ਖੇਡਣਾ ਹੀ ਪੈਂਦਾ ਹਨਾ ਮੁੰਡਾ ਗ੍ਰੈਜੂਏਸ਼ਨ ਕੀਤੀ ਹੋਈ ਹੈ ਚੰਗਾ ਕੰਮ ਦਾ ਕਰਦਾ ਆ ਫਾਰੀ ਡੈਥ ਹੋ ਜਾਂਦੀ ਹੈ 40 ਲੱਖ ਰੁਪਈਏ ਤੁਸੀਂ ਆਪਣੇ ਭਾਣਜੇ ਦਾ ਭੈਣ ਦਾ ਖੂਹ ਪਵਾਤਾ ਤੁਸੀਂ ਜ਼ਿੰਮੇਵਾਰ ਮੰਨਦੇ ਹੋ ਕਿ ਖੁਦ ਆਪ ਵੀ ਹੋ ਮੈਂ ਵੀ ਮੰਨਦਾ ਵੀ ਗਲਤੀ ਹੈਗੀ ਹੈ ਮੇਰੇ ਗੱਲਾਂ ਤੇ ਆ ਗਏ ਹੈ ਨਾ ਗਲਤੀ ਹੈਗੀ ਹੈ ਮੇਰੇ ਚਲੋ ਗਲਤੀ ਹੈ ਵੀ ਮਿਲੇ ਤਾਂ ਉਹ ਮੇਰੇ ਥਰੂ ਗੱਲਾਂ ਹੋਈਆਂ ਮੁੜ ਕੇ ਆਪ ਹੀ ਫੋਨ ਪਾਉਣ ਦੇ ਉੱਤੇ ਹੁਣ ਕਈ ਵਾਰ ਤਾਂ ਮੈਨੂੰ ਪਤਾ ਹੀ ਨੀ ਉਹ ਤਾਂ ਬਾਅਦ ਮੈਨੂੰ ਕਦੇ ਮਾਮਾ ਜੀ ਦਾ ਫੋਨ ਕਰਦੀ ਹੁੰਦੀ ਸੀ ਇੱਦਾਂ ਕਰਦੀ ਹੁੰਦੀ ਸੀ ਉਹਦੀ ਕੋਲ ਚਲੋ ਰਿਕਾਰਡਿੰਗਾਂ ਵੀ ਹੈਗੀਆਂ ਹਨਾ ਨਹੀਂ ਉਸ ਮੁੰਡੇ ਨਾਲ ਵੀ ਚੂਚਾ ਕਰਦੀ ਸੀ ਨਹੀਂ ਕਿਉਂਕਿ ਉੱਥੇ ਦੋ ਚਾਰ ਗਾਰੀ ਗਈ ਹੈ ਇੰਡੀਆ ਉਦੋਂ ਦੋ ਤਿੰਨ ਵਾਰੀ ਮੈਨੂੰ ਲੱਗਦਾ ਟੈਲੀਫੋਨ ਦੀ ਗੱਲਾਂ ਕਿਹੋ ਜਿਹੀਆਂ ਹੁੰਦੀਆਂ ਸੀਗੀਆਂ ਇਹ ਨੀ ਹੁਣ ਮੈਨੂੰ ਪਤਾ ਵੀ ਮੈਂ ਚਲੋ ਪਾਉਣ ਗਿਆ ਤੇ ਮਾਮੇ ਸੋਇਆ ਡਿਫਰ ਹੁੰਦਾ ਰਿਲੇਸ਼ਨ ਫਿਰ ਵੀ ਉਦਾਂ ਉਹਨੇ ਮੈਨੂੰ ਦੱਸਿਆ ਵੀ ਫੋਨ ਆਉਂਦਾ ਆ ਆ ਓਕੇ ਸੋ ਇੰਨਾ ਜਿਹੜਾ ਪੈਸਾ ਹੁਣ ਇਨਵੋਲਵ ਹੋਇਆ ਵਟਸ ਹੈਪਨਿੰਗ ਦੈਨ ਮੈਨੂੰ ਤਾਂ ਬੜਾ ਮਾੜਾ ਹੋਇਆ ਕਿਉਂਕਿ ਇਹ ਲੜ ਪਈ ਗਾਂ ਗੂੰਹਾਂ ਕੱਢੀਆਂ ਤੇ ਹੁਣ ਜ਼ਿੰਮੇਵਾਰੀ ਮੈਨੂੰ ਬੜਾ ਫੀਲ ਹੁੰਦਾ ਸੀਗਾ ਵੀ ਇੰਨਾ ਪੈਸਾ ਮੇਰੇ ਕਰਕੇ ਖਰਾਬ ਹੋ ਗਿਆ ਉਹਨਾਂ ਦਾ ਹਨਾ ਮੇਰੀ ਬੋਲਚਾਲ ਵੀ ਬੰਦ ਹੋ ਗਈ ਦੋ ਤਿੰਨ ਸਾਲ ਮੈਂ ਇੰਨਾ ਪਰੇਸ਼ਾਨ ਆ ਡਿਪਰੈਸ਼ਨ ਚ ਰਿਹਾ ਬਹੁਤ ਬੁਰਾ ਹਾਲ ਰਿਹਾ ਦੋ ਤਿੰਨ ਸਾਲ ਨਾ ਮੈਂ ਉਹਨਾਂ ਨਾਲ ਗੱਲ ਕਰ ਸਕਾ ਨਾ ਹੁਣ ਪੈਸਾ ਤਾਂ ਭੈਣ ਦਾ ਸੀਗਾ ਹੁਣ ਭੈਣ ਦੇ ਘਰੋਂ ਹੀ ਪੈਸਾ ਖਰਾਬ ਹੋ ਜਾਵੇ ਤੇ ਫਿਰ ਤੁਸੀਂ ਆਪਣੇ ਆਪ ਸੋਚੋ ਵੀ ਕੀ ਬੰਦਾ ਸੋਚੂਗਾ ਫਿਰ ਤੇ ਮੈਂ ਬਹੁਤ ਪਰੇਸ਼ਾਨ ਰਿਹਾ ਕਾਫੀ ਸ਼ਾਇਦ ਇਹ ਮੈਨੂੰ ਕਹਿੰਦੇ ਤੇਰੀ ਜ਼ਮੀਨ ਹੈ ਤੂੰ ਆਪਣੀ ਜ਼ਮੀਨ ਵੇਚ ਦੇ ਪਲਾਨਾ ਚਾਰ ਦੇ ਝੇੜਾ ਕਰਦੇ ਇਧਰੋਂ ਇਹਨੇ ਮੈਨੂੰ ਤੰਗ ਕਰਨਾ ਫਿਰ ਬਸ ਇੱਦਾਂ ਹੀ ਚੱਲਦਾ ਰਿਹਾ ਕਾਫੀ ਦੇਰ ਸੋ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੱਕ ਮੈਨੂੰ ਐਫੀਡੇਵਿਟ ਭੇਜਿਆ ਆ ਜਿਹੜੇ ਤੁਹਾਡੇ ਸਾਈਨ ਨੇ ਇਹ ਟਰੂ ਹੈ ਕਿ ਤੁਹਾਡੇ ਸਾਈਨ ਨੇ ਹਾਂਜੀ ਓਕੇ ਸੋ ਉਹ ਐਫੀਡੇਵਿਟ ਵਿੱਚ ਤੁਸੀਂ ਮੰਨਦੇ ਹੋ ਕਿ ਇਹਦਾ ਲੈਣ ਦੇਣ ਕੋਈ ਨਹੀਂ ਹੈ ਮੈਂ ਹੀ ਪੈਸੇ ਲਏ ਆ ਤੇ ਮੈਂ ਹੀ ਵਾਪਸ ਕਰਾਂਗਾ ਆਪਣੀ ਭੈਣ ਨੂੰ ਤੇ ਤੁਸੀਂ ਫਿਰ ਕਿਉਂ ਐਡਮਿਟ ਕੀਤਾ ਹੈ ਕਿਉਂਕਿ ਇਹਨੇ ਮੈਨੂੰ ਬਹੁਤ ਪ੍ਰੈਸ਼ਰਾਈਜ਼ ਸ਼ੁਰੂ ਕਰਤਾ ਤੂੰ ਏਦਾਂ ਕਰ ਏਦਾਂ ਕਰ ਫਿਰ ਇਹਨੇ ਮੇਰੇ ਘਰੇ ਪੁਲਿਸ ਭੇਜਣੀ ਸ਼ੁਰੂ ਕਰਤੀ ਚਾਰ ਦੀ ਪੁਲਿਸ ਆਈ ਉਹਨਾਂ ਨੂੰ ਇਹ ਕਹਿੰਦੀ ਸੀ ਉੱਥੇ ਡੰਗ ਜਾ ਕੇ ਮੈਨੂੰ ਹਰਾਸ ਕਰਦਾ ਕਿਉਂਕਿ ਜਦੋਂ ਮੈਂ ਇਹਨੂੰ ਪੁੱਛਦਾ ਸੀ ਗੱਲ ਕਰਦਾ ਸੀ ਇਹ ਕੋਈ ਗੱਲ ਕਰਕੇ ਰਾਜੀ ਨਹੀਂ ਸੀ ਪੁਲਿਸ ਵਾਲੇ ਆਉਣੇ ਹੁਣ ਜਦੋਂ ਤੁਹਾਡੇ ਘਰ ਕੋਈ ਪੁਲਿਸ ਆਉਂਦੀ ਉਦਾਂ ਹੀ ਪਤਾ ਲੱਗਦਾ ਸਰ ਮੈਨੂੰ ਇੱਕ ਵਾਰੀ ਦੋ ਵਾਰੀ ਆਵੇ ਮੈਂ ਕਹਿੰਦਾ ਵੀ ਤੁਸੀਂ ਮੈਨੂੰ ਦੱਸੋ ਵੀ ਮੈਂ ਉਹਨੂੰ ਹਰਾਸ ਕੀ ਕਰਦਾ ਹਾਂ ਤੇ ਉਹ ਆਪਣੇ ਕਿ ਤੂੰ ਉਹਨੂੰ ਫੋਨ ਨੀ ਕਰਨਾ ਤੂੰ ਉੱਥੇ ਜਾਣਾ ਨੀ ਮੈਂ ਕਿਹਾ ਵੀ ਮੈਂ ਕਿਹਾ ਹੁਣ ਰੋਡ ਦੇ ਉੱਤੇ ਆਪਾਂ ਤੁਰੇ ਫਿਰਦੇ ਹਾਂ ਨਾ ਕਿਤੇ ਵੀ ਮੈਂ ਪਲਾਏ ਜਾਂਦਾ ਮੈਂ ਬੈਨ ਤਾਂ ਹੈ ਨੀ ਕਈ ਜਗ੍ਹਾ ਵੀ ਕੱਲ ਮੈਂ ਪਲਾਏ ਵੀ ਗਿਆ ਫਿਰ ਫੋਨ ਕਰ ਦੋਗੇ ਵੀ ਮੇਰੇ ਅਗਰ ਆ ਰਿਹਾ ਫਿਰ ਏਦਾਂ ਹੀ ਹੋਇਆ ਤਿੰਨ ਚਾਰ ਆ ਰਹੀ ਹੈ ਨਾ ਫਿਰ ਮੈਂ ਉਹਨੂੰ ਸਾਰੀ ਗੱਲ ਦੱਸੀ ਮੈਂ ਕਿਹਾ ਦੇਖੋ ਮੈਂ ਏਦਾਂ ਦਾ ਪੈਸੇ ਦਾ ਚੱਕ ਰਿਹਾ ਇੱਕ ਹੋ ਰਿਹਾ ਕਿ ਮੇਰਾ ਇੱਕ ਚੈੱਕ ਆਇਆ ਵੀ ਉਹਨੇ ਸਾਈਨ ਕਰਕੇ ਆਪ ਹੀ ਜਮਾਂ ਕਰਾ ਕੇ ਤੇ ਈ ਟ੍ਰਾਂਸਫਰ ਕਰ ਲਏ ਮੈਂ ਕਈ ਚੀਜ਼ਾਂ ਉਹਨੂੰ ਦੱਸੀਆਂ ਫਿਰ ਐਗਰੀ ਕਰ ਗਏ ਦੈਨ ਹੀ ਸੈਡ ਓਕੇ ਸਟੇ ਅਵੇ ਫਰੋਮ ਦਿਸ ਲੇਡੀ ਓਕੇ ਨੇ ਮੈਨੂੰ ਇਹੀ ਕਿਹਾ ਓਕੇ ਦੈਨ ਵਾਟ ਹੈਪਨ ਫਿਰ ਤੁਸੀਂ ਇੱਕ ਐਫੀਡੇਵਿਟ ਉਹ ਫਿਰ ਤੁਸੀਂ ਕਿਉਂ ਬਣਾਇਆ ਵਕੀਲ ਦੇ ਜਾ ਕੇ ਬਣਾਇਆ ਇਹੀ ਬਲੈਕਮੇਲ ਮੈਨੂੰ ਕਰਦੀ ਦਊਂਦੀ ਸੀ ਧਮਕਾਉਂਦੀ ਸੀ ਮੈਂ ਏਦਾਂ ਕਰ ਦੇਣਾ ਮੈਂ ਤੇਰੇ ਆਹ ਕੇਸ ਪਾ ਦੇਣਾ ਮੈਂ ਆਹ ਕਰ ਦੇਣਾ ਆ ਤੇ ਮੈਂ ਪੈਸੇ ਦਾ ਦਾਨ ਕੇ ਫਿਰ ਇਹ ਲੈ ਕੇ ਦਿੱਤਾ ਸੀਗਾ ਤੁਸੀਂ ਪੁਲਿਸ ਨੂੰ ਦੱਸਿਆ ਕਿ ਮੈਂ ਇਹਨਾਂ ਚੀਜ਼ਾਂ ਕਰਕੇ ਆਹ ਮੈਂ ਡਰਾਉਂਦੀ ਹੈ ਧਮਕਾਉਣੀ ਜਿਸ ਕਰਕੇ ਮੈਂ ਡਾਕੂਮੈਂਟ ਦੇ ਮੈਨੂੰ ਇੱਕ ਸਾਈਨ ਕਰਾਉਣੇ ਪੈ ਰਹੇ ਆ ਇਹ ਮੈਨੂੰ ਡਰਾਉਂਦੀ ਹੈ ਜੀ ਟੋਲ ਟੂ ਦੀ ਪੁਲਿਸ ਮੈਂ ਦੱਸਿਆ ਪੁਲਿਸ ਸਾਹਿਬ ਨੂੰ ਮੈਂ ਕਿਹਾ ਜੀ ਮੈਨੂੰ ਧਮਕੀ ਦੇ ਸਾਨੂੰ ਭੇਜਦੀ ਆ ਰਾਈਟ ਤੁਸੀਂ ਪੁਲਿਸ ਨੂੰ ਦੱਸਿਆ ਕਿ ਮੈਂ ਇੱਕ ਵਕੀਲ ਤੋਂ ਮੈਨੂੰ ਕਹਿ ਰਹੀ ਹੈ ਕਿ ਇਹਨੇ ਚਾਰਜ ਕਰ ਰਹਿਣਾ ਤੇ ਇਹਨੇ ਤੱਕ ਡਾਕੂਮੈਂਟ ਤੇ ਸਾਈਨ ਕਰਾ ਵਕੀਲ ਜਾ ਕੇ ਯੂ ਟੋਲਡ ਯੂ ਇਨਫੋਰਮਡ ਟੂ ਦੀ ਪੁਲਿਸ ਯੈਸ অর ਨੋ ਆਈ ਥਿੰਕ ਆਈ ਟਾਕ ਟੂ ਦਾ ਪੁਲਿਸ ਕੋ ਮੇਰੇ ਕੋ ਆਇਆ ਸੀ ਦੋ ਵਾਰੀ ਮੈਂ ਆਪ ਵੀ ਪੁਲਿਸ ਸਟੇਸ਼ਨ ਗਿਆ ਕਿਉਂਕਿ ਮੈਨੂੰ ਇੱਕ ਵਾਰੀ ਕਾਲ ਆਈ ਸੀ ਤੁਸੀਂ ਦਿਖਾ ਰਹੇ ਡਾਕੂਮੈਂਟ ਪੁਲਿਸ ਨੂੰ ਦਿੱਤੇ ਆ ਜਿਹੜੇ ਪੈਸੇ ਆ ਉਹ ਪੈਸੇ 40 ਲੱਖ ਦੇ
ਮੈਂ ਦਿਖਾਏ ਸੀਗੇ ਉਹ ਕਹਿੰਦੇ ਬੈਂਕ ਵਾਲਿਆਂ ਨਾਲ ਜਾਇਜ਼ ਗੱਲ ਕਰ ਹੈ ਨਾ ਨਹੀਂ ਨਹੀਂ ਆਮ ਨਾਲ ਟਾਕਿੰਗ ਮੋਡ ਦੀ ਚੈੱਕ ਆਮ ਟਾਕਿੰਗ ਮੋਡ ਜਿਹੜਾ ਐਫੀਡੇਵਿਟ ਇੱਕ ਬਣਾਇਆ ਆ ਵਕੀਲ ਦੇ ਸਾਈਨ ਆ ਅਟੈਸਟਡ ਆ ਸੋ ਉਹਦੇ ਵਿੱਚ ਜੋ ਵੀ ਕਿਹਾ ਮੈਂ ਪੈਸੇ ਦੇਊਂਗਾ ਮੈਂ ਜ਼ਿੰਮੇਵਾਰ ਆ ਇਹ ਕੁਛ ਨਹੀਂ ਨਥਿੰਗ ਡੂ ਬਲਾ 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 ਸੋ ਉਹ ਚੀਜ਼ ਦਿਖਾਈ ਤੁਸੀਂ ਪੁਲਿਸ ਨੂੰ ਮੈਂ ਮੇਰੇ ਕੋਲ ਦੋ ਇਹ ਵੀ ਦੇ ਜਦੋਂ ਮੈਂ ਪੁਲਿਸ ਸਟੇਸ਼ਨ ਗਿਆ ਸੀ ਜਿਹੜਾ ਉੱਥੇ ਮੈਨੂੰ ਮਿਲਿਆ ਸੀ ਮੈਂ ਉਹਨੂੰ ਦਿਖਾਇਆ ਸੀ ਉਹ ਡਾਕੂਮੈਂਟ ਵਕੀਲ ਨੂੰ ਪਤਾ ਕਿ ਪ੍ਰੈਸ਼ਰ ਹੀਟਰ ਤੁਹਾਡੇ ਸਾਈਨ ਕਰਾ ਰਹੀ ਹੈ ਵਕੀਲ ਨੂੰ ਨਹੀਂ ਸੀ ਇਸ ਚੀਜ਼ ਦਾ ਪਤਾ ਭਾਜੀ ਸੋ ਤੁਸੀਂ ਵਕੀਲ ਨੂੰ ਕਿਉਂ ਦੱਸਿਆ ਤੁਸੀਂ ਡਰਦੇ ਮਾਰ ਰਹੇ ਤੁਹਾਨੂੰ ਚਾਰਜ ਨਾ ਕਰ ਰਹੇ ਪੁਲਿਸ ਇਸ ਪਰੇਸ਼ਾਨੀ ਸੀਗਾ You took a very big mistake. You should inform to Bakil nu kehna si mere under pressure main kar rahe hain sign. Us time phir bula nahi rahe I don't know though main nahi edda kar sakya. Tu chahnde si apna khada chhodna. Haan ji. Hun mainu kivein yakeen hai main hun kivein keh sakda ha ki oh affidavit jehda hai under pressure hai. Eh vin tusi ide bare vich tusi clarification dio. खेड़ा छुड़ाने लई अते डरदिया तुसी पुलिस नूं सच दसन दे तां इह तुहाडा इह डाकूमेंट भी नहीं बनाना तुसी इह पुलिस नूं फिर दसन जाके कि आह मैं डाकूमेंट जिहड़ा आया मैनूं कहिंदी बना तुसी इनफॉर्म करना सी पुलिस नूं साइन कर दो पहलां ਉਦੋਂ ਤਾਂ ਬਣ ਚੁੱਕਿਆ ਸੀ ਫਿਰ ਮੈਂ ਦਿਖਾ ਦਿੱਤਾ ਸੀ ਜਦੋਂ ਮੈਂ ਆਪ ਪੁਲਿਸ ਸਟੇਸ਼ਨ ਗਿਆ ਭਾਈ ਜਦੋਂ ਇਹ ਹਟੀ ਨੀ ਤਿੰਨ ਚਾਰ ਦਿਨ ਵੀ ਪੁਲਿਸ ਬਾਹਰ ਭੇਜਦੀ ਰਹੀ ਹੈ ਨਾ ਨਹੀਂ ਜਦੋਂ ਬਣ ਗਿਆ ਉਸ ਤੋਂ ਬਾਅਦ ਵੀ ਪੁਲਿਸ ਨੂੰ ਕਾਲ ਕਰਦੀ ਰਹੀ ਹਾਂਜੀ ਤੁਸੀਂ ਫਿਰ ਉਹ ਤੁਸੀਂ ਪੁਲਿਸ ਨੂੰ ਦੱਸਿਆ ਕਿ ਆ ਮੈਂ ਬਣਾਤਾ ਆ ਤੇ ਆ ਚਾਹੁੰਦੀ ਸੀਗੀ ਨਹੀਂ ਉਹ ਪੁਲਿਸ ਨੂੰ ਇਹ ਕਹਿੰਦੀ ਸੀ ਮੈਨੂੰ ਹਰਾਸ ਕਰਦਾ ਫਿਰ ਮੈਂ ਉਹਨੂੰ ਦਿਖਾ ਦਿੱਤਾ ਮੈਂ ਕਿਹਾ ਆ ਵੀ ਹੈਗਾ ਨਾ ਦੇਖੋ ਆ ਮੇਰੇ ਕੋਲ ਬੈਂਕ ਦੇ ਵੀ ਆ ਐਫੀਡੇਵਿਟ ਵੀ ਆ ਮੈਂ ਕਿਹਾ ਜੀ ਬੈਂਕ ਦੀ ਗੱਲ ਛੱਡੋ ਫਰਗੈਟ ਅਬਾਊਟ ਬੈਂਕ ਆਮ ਟਾਕਿੰਗ ਅਬਾਊਟ ਦੀ ਐਫੀਡੇਵਿਟ ਜਿਹਦੇ ਵਿੱਚ ਤੁਸੀਂ ਕਨਫੈਸ ਕਰਦੇ ਹੋ ਆਪ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਕਿ ਮੈਂ ਹੀ ਜ਼ਿੰਮੇਵਾਰ ਹਾਂ ਜੋ ਪੈਸੇ ਦੇਣੇ ਆ ਆਪਣੀ ਭੈਣ ਦੇ ਜਾਂ ਭਾਣਜੇ ਦੇ ਇਹਦਾ ਲੈਣ ਦੇਣ ਕੋਈ ਨਹੀਂ ਹੈ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਦਿਖਾ ਦਿੱਤਾ ਐਫੀਡੇਵਿਟ ਮੈਂ ਕਿਹਾ ਦੇਖੋ ਆਹ ਸੀਗਾ ਪੈਸੇ ਦਾ ਲੈਣ ਦੇਣ ਕਰਕੇ ਇਹ ਮੈਨੂੰ ਤੰਗ ਪਰੇਸ਼ਾਨ ਕਰ ਰਹੀ ਆ ਹੁਣ ਤੁਸੀਂ ਆਪਣੀ ਭੈਣ ਦਾ ਘਰ ਵੀ ਬਰਬਾਦ ਕੀਤਾ ਐਫਡੀਆਂ ਜਿਹੜੀਆਂ ਸਾਰੀਆਂ ਉਮਰ ਜੋੜੀਆਂ ਉਹ ਵੀ ਬਰਬਾਦ ਕੀਤੀਆਂ ਭਾਣਜਾ ਵੀ ਰੁਲ ਰਿਹਾ ਆ ਅਤੇ ਉੱਥੇ ਤੁਸੀਂ ਖੱਜਲ ਖਾਬ ਵੀ ਹੋਏ ਹੋ ਮੈਨੂੰ ਪਤਾ ਭਾਜੀ ਦੋ ਤਿੰਨ ਸਾਲ ਕਿੱਦਾਂ ਮੈਂ ਕੱਢਿਆ ਵੀ ਭੈਣ ਨਾਲ ਬੋਲਣ ਵਿਆਹ ਸ਼ਾਦੀਆਂ ਸੀ ਜਾ ਨਹੀਂ ਸਕਿਆ ਕੁਲਵਿੰਦਰ ਜੀ ਕਿਸੇ ਨੇ ਪਿਆਰ ਦੇ ਵਿੱਚੋਂ ਖੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਕਦੇ ਕਿਸੇ ਨੇ ਖੱਟਿਆ ਪਿਆਰ ਵਿੱਚੋਂ ਲਾਲ ਚੱਲ ਜਾਣ ਜੱਟਾ ਗੀਤ ਹੈ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਕੁਲਵਿੰਦਰ ਤੁਸੀਂ ਕੀ ਪਿਆਰ ਵਿੱਚੋਂ ਖੱਟਿਆ ਦੱਸੋ ਮੈਨੂੰ ਕਿੰਨੇ ਪੈਸੇ ਬਰਬਾਦ ਕੀਤੇ ਆਪਣੀ ਜੇਬ ਵਿੱਚੋਂ ਮੈਨੂੰ ਲੱਗਦਾ ਇੱਕ ਸਾਲ ਦੇ ਵਿੱਚ 80-90 ਹਜ਼ਾਰ ਡਾਲਰ ਗਿਆ ਮੇਰੇ ਕੋਲ ਓ ਮਾਈ ਗੋਡ ਕਮ ਔਨ ਬੇਬੀ 80,000 ਡਾਲਰ ਵਿੱਚ ਤੁਸੀਂ ਪਿਆਰ ਕੀਤਾ ਕਾਰ ਲੈ ਕੇ ਦਿੱਤੀ ਕੱਪੜੇ ਲੈ ਦੇਣੇ ਕਿਸ਼ਤਾਂ ਦੇਣੀਆਂ ਰੈਂਟ ਦੇ ਦੇਣਾ ਕਾਰ ਕੂਰ ਕੁਛ ਨੀ ਲੈ ਕੇ ਦਿੱਤੀ ਐਵੇਂ ਕਹੋਗੇ ਹਾਂ ਬੋਲਚਾਲ ਨਹੀਂ ਮੇਰੇ ਕੋਲ ਤਾਂ ਥੋੜੇ ਬਹੁਤੇ ਦੇ ਪੂਰੀ ਤਾਂ ਕਰਕੇ ਅਜੇ ਮੈਂ ਬਚ ਗਿਆ ਨਹੀਂ ਤੇ ਦੂਜੇ ਨੂੰ ਤੇ ਛੱਡਦੀ ਨਹੀਂ ਪੁਲਿਸ ਲੈ ਆ ਕੇ ਤੇ ਡਰਾਉਂਦੀ ਹੈ ਤੇ ਹੋਰ ਵੀ ਕਈ ਬੰਦੇ ਆ ਮੈਂ ਮਿਲਿਆ ਹਾਂ ਹੋਰ ਵੀ ਕਿਨੇ ਦੂਨਾ ਬਹੁਤ ਲਾਇਆ ਹੋਰ ਲੋਕ ਵੀ ਨੇ ਇੱਥੇ ਇੱਕ ਇਹ ਵੀ ਸਹਿਬ ਦੇ ਆ ਇਹ ਮੰਮੀ ਸਾਹਮਣੇ ਜਿਹਦੇ ਬੰਦੇ ਨਾਲ ਜਾ ਰਹੀ ਆ ਮੰਮੀ ਸਾਹਮਣੇ ਮਾਮਾ ਤੇ ਬੱਚੇ ਦੇ ਜਾਣਗੇ ਉਹਨੂੰ ਪਾਪਾ ਕੋਈ ਇਹਦਾ ਮਾਮੇ ਦਾ ਮੁੰਡਾ ਇਹਦਾ ਰਿਸ਼ਤਾ ਕਰੂਗਾ ਕੋਈ ਮਾਮਾ ਬਸ ਦੇ ਮੇਰੇ ਨੇ ਮਾਮਾ ਬਣਵਾਇਆ
ਹੋਰ ਵੀ ਆਉਣ ਜਿਹੜਾ ਮੈਂ ਕਹਿੰਦਾ ਵੀ ਜਿਹਨਾਂ ਨਾਲ ਹੋਈ ਆ ਗੱਲ ਕਰਨ ਆਣ ਕੇ ਨਾ ਤੁਹਾਡੇ ਨਾਲ ਇੱਥੇ ਤੁਸੀਂ ਆਪਣੇ ਆਪ ਨੂੰ ਕਿੰਨਾ ਖੁਦ ਜ਼ਿੰਮੇਵਾਰ ਸਮਝਦੇ ਹੋ ਇਸ ਦੇ ਤੁਸੀਂ ਇੰਨੀ ਉਮਰ ਦੇ ਸੀਗੇ ਤੁਸੀਂ ਸ਼ਾਦੀ ਸ਼ੁਦਾ ਸੀਗੇ ਤੁਹਾਡੇ ਕੋਲ ਬੱਚਾ ਆਇਆ ਆਲਰੇਡੀ ਵਾਈ ਯੂ ਡੂ ਦਿਸ ਤੁਸੀਂ ਇਹ ਕਿਉਂ ਖਾਧੀ ਆ ਬਾਜੀ ਉਸ ਟਾਈਮ ਸੀਗਾ ਮੈਂ ਡਾਈਵੋਰਸ ਹੋਇਆ ਸੀਗਾ 10 ਸਾਲ ਤੋਂ ਨਾ ਚਲੋ ਉਹ ਕਈ ਵਾਰੀ ਬੰਦੇ ਨੂੰ ਹੋ ਜਾਂਦਾ ਤੂੰ ਚਾਹ ਕੋਈ ਜੀਵਨ ਸਾਥੀ ਸਾਨੂੰ ਮਿਲ ਜੂ ਤੁਹਾਡਾ ਮਤਲਬ ਇਹ ਸੀਗਾ ਹਨਾ अपना पक्ष पेश करे क्योंकि पुलिस का मैटर है सीरियस ए आसिम पी मैटर है बंदे नगाउन लई पैसे चार्ज कर दे इंडिया तो और की कुछ किया दिस इज वेरी सैड स्टोरी इतना पैसा बोल पा जी मैं करके काफी सारे जिहड़े स्कूलां वालिआं नूं अप्रोच करदी कि मैं पता नहीं किड्डी हायर अथॉरिटी दे विच लगी ते काफी बंदे उहदे जंजाल दे विच उहने फसा लए आ उह स्टोरी भी बहुत जल्दी आ रही है बाजी मैनूं लगदा इह वी स्टूडेंट इह वी स्टूडेंट बहुत लैके घुमदी आ आई सी एनीवे लेट्स सी मूव करदे आ अपनी स्टोरी नूं और अस पब्लिक ओपिनियन लैणी चाहांगे इस मामले बारे 5 मिंट लई पब्लिक ओपिनियन लई मैनूं कॉल करो तुसीं खाणा खा लई स्वीट मेल नूं कदे ने पल्लो ते शॉपिंग कर लई महिंद्रा ज्वेलर और तुसी याद रखो उरा डेप्सूशन जो कि पैसे बाद में चार्ज करते हैं कर्जा पहला माफ करते हैं और ये भी इस याद दवाई कि बैड एंड बाथ से बहुत बड़ी सेल लगी हुई है जो कि 25-24 क्रेसेंट से है तुसी जाके हर तरह का समान घरेलू ले सकते हो 6472044644 से कॉल करो एक एक नाम याद रखो पेपैन द्वारा तुसी पैसे भेजो आल्फा फिजियोथेरेपी का नंबर नोट करो जो नैक पेन है बैक पेन है फुट पेन है तो कार एक्सीडेंट है तो थेरेपी कराओ फ्री सो तुसी एयरपोर्ट और सेंटर बोर्ड से इन्हों की क्लीनिक है 9526-0035 समोसे फैक्ट्री हरपाल संधु जी डॉलर 4 समोसे ते अपने टेस्ट ऑफ ब्रांड पेश करते हैं चलो फ्रैशको 2 ब्रांचा ब्रम्पटन एक फैक्ट्री अपने आलमीन से है हरपाल संधु जी ने चलो फ्रैशको एयरपोर्ट काउंटरी साइड पर है 9556-4441 कॉल कर सकते हो असी फ्रीडम ऑफ स्पीच के पब्लिक अपील लेनी चाहेंगे होल्ड रखो जी।